ਅੱਜ ਰਾਜਪੁਰਾ ਚ ਸ਼ਰੋਮਣੀ ਅਕਾਲੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹੁੰਚੇ ਜਿੱਥੇ ਉਹਨਾਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਤੇ ਨਾਲ ਹੀ ਕਿਹਾ ਕਿ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਕਰਕੇ ਅਕਾਲੀ ਦਲ ਹੋਰ ਮਜ਼ਬੂਤ ਹੋਇਆ ਹੈ ਕਾਂਗਰਸ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੰਜਾਬ ਦੀ ਜਨਤਾ ਨਾਲ ਪੂਰੇ ਨਹੀਂ ਕੀਤੇ ਦੇਖੋ ਇਹ ਰਿਪੋਰਟ ਪਾਈ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਜੋਰ ਜਮਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਜੀਏ ਕਿ ਬੀਤੇ ਦਿਨੀ ਕਾਲੀ ਦਲ ਤੇ ਭਸਪਾ ਦਾ ਜਿਹੜਾ ਗੱਠਜੋੜ ਹੋਇਆ ਉਸ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸ਼੍ਰੋਮਣੀ ਕਾਲੀ ਦਲ ਸੀਨੀਅਰ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਵਿਧਾਨ ਸਭਾ ਚੋਣਾਂ 2022 ਦੀਆਂ ਆ ਰਹੀਆਂ ਨੇ ਔਰ ਇੱਕ ਪਾਸੇ ਕਿਸਾਨ ਅੰਦੋਲਨ ਲੰਮਾ ਚੱਲ ਰਿਹਾ ਹੈਗਾ ਤੁਹਾਡਾ ਗੱਠਜੋੜ ਜਿਹੜਾ ਭਾਜਪਾ ਨਾਲੋਂ ਟੁੱਟ ਕੇ ਭਸਪਾ ਚ ਆਇਆ ਕਿੰਨਾ ਕੋ ਫਾਇਦਾ ਹੋਏਗਾ ਦੇਖੋ ਕੁਦਰਤੀ ਤੌਰ ਤੇ ਗਠਜਵਨ ਦਾ ਫਾਇਦਾ ਹੀ ਹੁੰਦਾ ਤੇ ਜਿਹੜਾ ਗਠਜਵਨ ਸ਼ਰਮਣੀ ਕਾਲੀ ਦਲ ਤੇ ਬੀਐਸਪੀ ਦਾ ਹੋਇਆ ਇਹ ਪੰਜਾਬ ਦੀ ਰਾਜਨੀਤੀ ਦੇ ਸਮੀਕਰਨ ਤਾਂ ਬਦਲੇ ਹੀ ਗਿਆ ਹੀ ਬਦਲੇਗਾ ਇਹ ਕਰਪਟ ਭ੍ਰਿਸ਼ਟਾਚਾਰ ਕਪਲਿਆਂ ਵਾਲੀ ਜਿਹੜੀ ਸਰਕਾਰ ਆ ਕੈਪਟਨ ਵਿਰਿੰਦਰ ਸਿੰਘ ਦੀ ਜਿਨੇ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਨਜਾਇਜ਼ ਮਾਈਨਿੰਗ ਤੋਂ ਸਵਾਏ ਜਾਂ ਜ਼ਮੀਨਾਂ ਤੇ ਕਬਜ਼ੇਬਾਜ਼ੀ ਜਾਂ ਜੰਗਲ ਦੀ ਲੱਕੜੀ ਵੇਚਣ ਤੋਂ ਸਵਾਏ ਹੋਰ ਕੁਝ ਨਹੀਂ ਕੀਤਾ ਜਨ ਨੌਜਵਾਨਾਂ ਨੂੰ ਕੁੱਟਿਆ ਲੜਕੀਆਂ ਨੂੰ ਕੁੱਟਿਆ ਸਾਡੀਆਂ ਧੀਆ ਭੈਣਾਂ ਨੂੰ ਬੇਇਜ਼ਤ ਕੀਤਾ ਜਿਸ ਰਾਤ ਦੇ ਵਿੱਚ ਮਲਾਜਮ ਵੀ ਕਿਸਾਨ ਦੁਕਾਨਦਾਰ ਸਭ ਹਹਾਕਾਰ ਕਰ ਰਹੇ ਆ ਉਹ ਰਾਜ ਪ੍ਰਬੰਧ ਨੂੰ ਸਤਾ ਤੋਂ ਤਾਂ ਖੇੜੇਗਾ ਹੀ ਖੇੜੇਗਾ ਪਰ ਇੱਕ ਇਸ ਘਟਵੰتن ਨਾਲ ਮੈਂ ਸਮਝਦਾ ਸਮਾਜ ਵਿੱਚ ਚੇਤਨਤਾ ਵੀ ਪੈਦਾ ਹੋਏਗੀ ਸਮਾਜ ਵਿੱਚ ਜਿਹੜੀਆਂ ਬੰਡੀਆਂ ਪਈਆਂ ਸੀ ਕੋਈ ਰਾਸ ਸੀ ਲੋਕਾਂ ਨੇ ਰਾਸ ਸੀ ਲਾਹੇ ਲੈਣ ਲਈ ਉਹ ਦੂਰੀਆਂ ਵੀ ਗੱਲ ਆ ਕਿਸਾਨਾਂ ਦੇ ਮਸਲੇ ਦੀ ਗੱਲ ਆ ਮੇਰਾ ਖਿਆਲ ਆ ਕਿਸਾਨਾਂ ਲਈ ਜੋ ਅਸੀਂ ਕੀਤਾ ਜਾਂ ਕਰਿਆ ਜਾਂ ਕਰ ਸਕਦੇ ਸ਼ਾਇਦ ਹੀ ਕਿਸੇ ਨੇ ਕਰਿਆ ਹੋਵੇ ਕਿਉਂਕਿ ਅਕਾਲੀ ਸਾਡਾ ਇਤਿਹਾਸ ਆ ਸਾਡੀ ਵਿਰਾਸਤ ਆ ਅਸੀਂ ਕਿਸਾਨਾਂ ਲਈ ਲੜੇ ਵਿਆ ਜਿਹੜਾ ਵੀ ਇਕੱਠੀਆਂ ਮਾਰਾਂ ਵੀ ਖਾਧੀਆਂ ਅਰ ਮਾਰ ਕਿਸਾਨਾਂ ਲਈ ਅਸੀਂ ਸਮੇਂ ਦੀਆਂ ਸਰਕਾਰਾਂ ਤੋਂ ਆਪਣਾ ਆਰਗੂਮੈਂਟ ਕਰਕੇ ਜੇ ਲੋਕ ਸਭਾ ਵਿੱਚ ਗਏ ਆ ਤਾਂ 100-100 ਰੁਪਿਆ ਕੁਆਂਟਲ ਯੂਰੀਏ ਦੇ ਬਧੇ ਭਾਅ ਘਟਾ ਕੇ ਦਿਖਾਇਆ ਜੇ ਬਾਜ਼ਾਰਤ ਵਿੱਚ ਆਏ ਆ ਤਾਂ ਹੱਥਾਂ ਨੂੰ ਲੱਗਣ ਵਾਲੀਆਂ ਹਾਥਗੜੀਆਂ ਹਟਾ ਕੇ ਦਿਖਾਈਆਂ ਖਾਦਾ ਸਸਤੀਆਂ ਕਰਕੇ ਦਿਖਾਈਆਂ ਜੇ ਭਾਵੇਂ ਸਾਨੂੰ ਕਲਮ ਦੀ ਸ਼ਕਤੀ ਮਿਲੀ ਆ ਭਾਵੇਂ ਸੜਕਾਂ ਤੇ ਆ ਕੇ ਲੋਕਾਂ ਦੀ ਜੰਤਕ ਅੰਦੋਲਨ ਰਾਹੀਂ ਅਸੀਂ ਹਮੇਸ਼ਾ ਕਿਸਾਨਾਂ ਨਾਲ ਹੀ ਲੜਿਆ ਕਿਸਾਨਾਂ ਲਈ ਖੜੇ ਆ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ 2022 ਦੀਆਂ ਚੋਣਾਂ ਆ ਰਹੀਆਂ ਨੇ ਮੈਨੂੰ ਲੱਗਦਾ ਵੀ ਕਿਸਾਨ ਜੱਥੇਬੰਦੀਆਂ ਜ਼ਰੂਰ ਮਹਿਸੂਸ ਕਰਨੀਆਂ ਕਿ ਰਾਜ ਸਤਾ ਉਹਨਾਂ ਹੱਥਾਂ ਵਿੱਚ ਹੀ ਹੋਣੀ ਚਾਹੀਦੀ ਆ ਜਿਹੜੀ ਲੋਕਾਂ ਦਾ ਸਵਾਰ ਸਕੇ ਲੋਕਾਂ ਦੇ ਦੁੱਖ ਦੇ ਦੁੱਖ ਜਿਹੜੇ ਨੇ ਉਹ ਦੂਰ ਕਰ ਸਕੇ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਪੰਜਾਬ ਦੇ ਕਿਸਾਨ ਨੂੰ ਦੁਕਾਨਦਾਰ ਵਪਾਰੀ ਨੂੰ ਹਰ ਵਰਗ ਨੂੰ ਅਸੀਂ ਉਹਨਾਂ ਦੇ ਜਿਹੜੇ ਜ਼ਰੂਰੀ ਹੱਕ ਨੇ ਸਹੀ ਹੱਕ ਨੇ ਉਹ ਦਵਾ ਸਕੀਏ ਸੋ ਇੱਕ ਪਾਸੇ ਤਾਂ ਹਾਲੇ ਤੱਕ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਹਾਲੇ ਤੱਕ ਐਲਾਨ ਨਹੀਂ ਕੀਏ ਕਿਉਂਕਿ ਸਮਾਂ ਬਹੁਤ ਘੱਟ ਹੈ ਕਿਉਂਕਿ ਭਾਜਪਾ ਦੀ ਕਾਫੀ ਸੀਟਾਂ ਸਨ ਜਿੱਥੇ ਹੁਣ ਅਕਾਲੀ ਦਲ ਨਵੇਂ ਸਿਰੋਂ ਖਾਸ ਕਰਕੇ ਰਾਜਪੁਰਾ ਦੀ ਗੱਲ ਕਰੀਏ ਰਾਜਪੁਰਾ ਦੇ ਵਿੱਚ ਵੀ ਹੁਣ ਅਕਾਲੀ ਦਲ ਵੱਲੋਂ ਜਿਹੜੀ ਭਾਜਪਾ ਦੀ ਸੀਟ ਸੀ ਉਹ ਕਨਵਰਟ ਹੋ ਚੁੱਕੀ ਹੈ ਅਕਾਲੀ ਦਲ ਆਪਣੀ ਸੀਟ ਲੜੇਗਾ ਤੇ ਹਾਲੇ ਤੱਕ ਉਮੀਦਵਾਰ ਨਹੀਂ ਐਲਾਨੇਗੇ ਔਰ ਰਾਜਪੁਰੇ ਦੇ ਲੋਕਾਂ ਦੀ ਜਿਹੜੇ ਲੀਡਰਾਂ ਦੀ ਪੁਰਾਣੇ ਟਕਸਾਲੀ ਅਕਾਲੀ ਦਲ ਉਹ ਮੰਗ ਕਰ ਰਹੇ ਨੇ ਵੀ ਰਾਜਪੁਰੇ ਤੋਂ ਅਕਾਲੀ ਦਲ ਦੇ ਉਮੀਦਵਾਰ ਗੱਲ ਇਹ ਆ ਵੀ ਹਰ ਵਰਕਰ ਨੂੰ ਹਰ ਲੀਡਰ ਨੂੰ ਕੁਦਰਤੀ ਤੌਰ ਤੇ ਪਾਰਟੀ ਦੇ ਟਿਕਟ ਦਾ ਹੱਕ ਹੁੰਦਾ ਤੇ ਪਾਰਟੀ ਨੇ ਫੈਸਲਾ ਕਰਨਾ ਹੁੰਦਾ ਔਰ ਇੱਕ ਗੱਲ ਬੜੀ ਕਲੀਅਰ ਆ ਕਿ ਆਉਣ ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਈ ਮਲਾਜੇਦਾਰੀਆਂ ਕੋਈ ਲਿਹਾਜ਼ ਜਾਂ ਕੋਈ ਰਿਸ਼ਤੇਦਾਰੀਆਂ ਜਾਂ ਹਲਕਾਂ ਇੰਚਾਰਜੀਆਂ ਨੂੰ ਧਿਆਨ ਚ ਨਹੀਂ ਰੱਖੇਗਾ ਕੇਵਲ ਤੇ ਕੇਵਲ ਜਿੱਤ ਜਿੱਕਨੀ ਬਣਾਉਣ ਲਈ ਕੇਵਲ ਤੇ ਕੇਵਲ ਜੋ ਸਾਡੇ ਵਿਰੋਧੀ ਨੇ ਉਹਨਾਂ ਨੂੰ شکست ਦੇਣ ਲਈ ਹੀ ਅਕਾਲੀ ਦਲ ਲੀਡਰਸ਼ਿਪ ਜਿਹੜੀ ਆ ਉਹ ਚੋਂ ਮੈਦਾਨ ਵਿੱਚ ਆਪਣੇ ਉਮੀਦਵਾਰ ਉਤਾਰੇਗੇ। ਸੋ ਲੱਗਦਾ ਨਹੀਂ ਕਿ ਕਿ ਰਾਜਪੁਰੇ ਦੇ ਹਲਕੇ ਦੇ ਉਮੀਦਵਾਰ ਹੀ ਇੱਥੋਂ ਦਿੱਤਾ ਜਾਵੇ ਕਿਉਂਕਿ ਬਾਹਰਲੇ ਤੋਂ ਪਸੰਦ ਨਹੀਂ ਕੀਤਾ ਜਾਂ ਹਮੇਸ਼ਾ ਹੀ ਇਹ ਵਿਰੋਧ ਹੁੰਦਾ ਹੈ। ਅਸੀਂ ਜਲਦੀ ਸ਼ਾਰਟਕਾਟ ਕਰ ਲਾਂਗੇ ਜਿਹੜਾ ਰਾਜਪੁਰੇ ਦਾ ਮਸਲਾ ਬਹੁਤ ਛੇਤੀ ਹੱਲ ਹੋ ਜਾਏਗਾ ਔਰ ਸੁੱਲਾ ਸਫਾਈ ਨਾ ਹੋ ਜੇ। ਸੋ ਸੁਣਨ ਸੰਗਦੇ ਉਸਨ ਇਹ ਕਹਿੰਦੇ ਨੇ ਕਿ ਜਦੋਂ ਤੱਕ ਅਜੇ ਉਮੀਦਵਾਰ ਨਹੀਂ ਲਿਆਂਦੇ ਗਿਆ ਪਰ ਜਲਦੀ ਇਸ ਮਸਲੇ ਨੂੰ ਹੱਲ ਕਰ ਦਿੱਤਾ ਜਾਵੇਗਾ ਔਰ ਕਿਸਾਨਾਂ ਲਈ ਇਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਆ ਕਿਸਾਨਾਂ ਨੇ ਹਮੇਸ਼ਾ ਲੜਾਈ ਲੜੀ ਹੈ ਕਿਸਾਨਾਂ ਲਈ ਜੇਲਾ ਵੀ ਗਏ ਨੇ ਪਰ ਕਿਸਾਨ ਜਿਹੜੇ ਨੇ ਹੁਣ ਪਿੰਡਾਂ ਦੇ ਵਿੱਚ ਵੜਨ ਦੇਣਗੇ ਵੱਖ-ਵੱਖ ਪਾਰਟੀਆਂ ਦਾ ਵਿਰੋਧ ਲਗਾਤਾਰ ਹੋ ਰਿਹਾ ਬੀਤੇ ਦਿਨ ਵੀ ਵਿਰੋਧ ਹੋਇਆ ਸੀ ਹੁਣ ਆਉਣ ਵਾਲਾ ਸਮਾਦਸੇਕਾ 2022 ਦੀ ਵਿਧਾਨ ਸਭਾ ਚੋਣਾਂ ਚ ਕੌਣ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਜਿੱਤੀ ਹੈ ਕੈਮਰਾ ਪੋਰਸ ਰਾਵਲ ਸਿੰਘ ਦੇ ਨਾਲ ਦਇਆ ਸਿੰਘ